शिव के दरवेश चैनल ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਸਾਈਂ ਸਰਕਾਰ ਦਾ ਤਾਂ ਲਾਡਿਸ਼ਾ ਸਰਕਾਰ ਜੀ ਦੇ ਇੱਕ ਮਰੀਦ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਕਿੱਸਾ ਸਾਨੂੰ ਉਸ ਵੀਰ ਨੇ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ ਜੀ ਸਮਾਂ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜਿਸ ਵੀਰ ਨੇ ਇਹ ਕਿੱਸਾ ਸਾਡੇ ਨਾਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ ਜੀ ਉਸ ਵੀਰ ਦਾ ਨਾਮ ਹਰਮਨਜੀਤ ਤੇ ਰੋਪੜ ਤੋਂ ਰਹਿਣ ਵਾਲੇ ਨੇ ਉਹ ਸਾਨੂੰ ਦੱਸਦੇ ਨੇ ਕਿ ਵੀਰ ਮੈਂ ਬੜਾ ਪਰੇਸ਼ਾਨ ਰਹਿੰਦਾ ਸੀ ਮੇਰੇ ਘਰ ਦੇ ਵਿੱਚ ਇੱਕ ਦੂਜੇ ਦੀ ਕਿਸੇ ਨਾਲ ਬਣਦੀ ਨਹੀਂ ਸੀ ਭਾਵ ਕਿ ਘਰ ਦੇ ਵਿੱਚ ਇੱਕ ਲੜਾਈ ਤੇ ਤਣਾਅ ਦਾ ਮਾਹੌਲ ਰਹਿੰਦਾ ਸੀ ਕਈ ਕੰਮਾਂ ਨੂੰ ਲੈ ਕੇ ਕਈ ਕੰਮ ਨਹੀਂ ਸਿਰੇ ਚੜਦੇ ਪਏ ਸੀ ਇਦਾਂ ਦੀਆਂ ਬੜੀਆਂ ਮੁਸ਼ਕਲਾਂ ਆ ਰਹੀਆਂ ਸੀ ਕਹਿ ਲੋ ਕਿ ਘਰ ਦੇ ਵਿੱਚ ਜਾਨ ਲੱਗ ਗਈ ਇੱਕ ਤਣਾਅ ਬਣ ਜਾਂਦਾ ਸੀ ਜਦੋਂ ਘਰ ਜਾਂਦਾ ਸੀ ਮੇਰਾ ਕੰਮਕਾਰ ਵੀ ਕਹਿੰਦੇ ਠੀਕ ਨਹੀਂ ਚੱਲਦਾ ਪਿਆ ਸੀ ਜ਼ਿੰਦਗੀ ਐ ਇਦਾਂ ਲੱਗਦੀ ਪਈ ਸੀ ਕਿ ਰੁਕ ਗਈ ਆ ਸਰਕਾਰਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਪਹਿਲਾਂ ਵੀ ਸਲਾਮ ਕਰਨ ਜਾਂਦੇ ਹੁੰਦੇ ਸੀ ਕਹਿੰਦੇ ਬੜਾ ਚਿਰ ਹੋ ਗਿਆ ਸੀ ਵੀ ਸਲਾਮ ਕਰਨ ਨਹੀਂ ਜਾਇਆ ਹੋਇਆ ਰਸੀ ਕਿਉਂਕਿ ਸਰਕਾਰਾਂ ਦੀ ਮਰਜ਼ੀ ਸੀ ਜਦੋਂ ਸੱਦਣਾ ਸੀ ਉਦੋਂ ਹੀ ਜਾਣਾ ਸੀ ਤਾਂ ਕਹਿੰਦੇ ਬੜੀ ਕੋਸ਼ਿਸ਼ ਕੀਤੀ ਜਾਣ ਦੀ ਪਰ ਐਣ ਮੌਕੇ ਤੇ ਕੋਈ ਨਾ ਕੋਈ ਕੰਮ ਪੈ ਜਾਂਦਾ ਸੀ ਤਾਂ ਕੰਮਾਂ ਦੇ ਵਿੱਚ ਇੰਨੇ ਉਲਝ ਗਏ ਸੀ ਕੰਮ ਵੀ ਨਹੀਂ ਕੋਈ ਬੰਦਾ ਸੀ ਤੇ ਮਨ ਵੀ ਉਦਾਸ ਰਹਿੰਦਾ ਸੀ ਇੱਕ ਦਿਨ ਤਾਂ ਕਹਿੰਦੇ ਹਾਦੀ ਹੋ ਗਈ ਇੰਨਾ ਜੀ ਕਰੇ ਰੋਣ ਨੂੰ ਕਿ ਬਸ ਪੁੱਛੋਣਾ ਰੋਇਆ ਇੰਨਾ ਰੋਇਆ ਕਿ ਇੱਕ ਕਮਰੇ ਦੇ ਵਿੱਚ ਬਹਿ ਕੇ ਰੋਇਆ ਕਿ ਮਾਲਕਾ ਇੰਨੇ ਦੁੱਖ ਕੋਈ ਕੰਮ ਵੀ ਨਹੀਂ ਕੋਈ ਬਣਦਾ ਪਿਆ ਜ਼ਿੰਦਗੀ ਉਦਾਸ ਹੋ ਗਈ ਆ ਕਿ ਮਨ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਪਿਆ ਕਿ ਕੀ ਕਰਾਂ ਕੀ ਨਾ ਕਰਾਂ ਇੰਨੀ ਜ਼ਿੰਦਗੀ ਉਲਝ ਗਈ ਆ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਬੁਲਾਓ ਜਿੱਦਾਂ ਮਰਜੀ ਕਰੋ ਮੇਰੇ ਤੇ ਕਿਰਪਾ ਕਰੋ ਅੱਖਾਂ ਦੇ ਵਿੱਚ ਕਹਿੰਦੇ ਹੰਝੂ ਆਉਣ ਕਰਕੇ ਮਨ ਥੋੜਾ ਜਿਹਾ ਹਲਕਾ ਹੋ ਗਿਆ ਸੀ ਤਾਂ ਕਹਿੰਦੇ ਦਾਤਾ ਜੀ ਨੇ ਮੇਰੀ ਸੁਣੀ ਦਰਬਾਰ ਜਾਣ ਦਾ ਮੌਕਾ ਮਿਲਿਆ ਜਦੋਂ ਕਹਿੰਦੇ ਦਰਬਾਰ ਗਏ ਤਾਂ ਕਹਿੰਦੇ ਦਾਤਾ ਜੀ ਦੇ ਦਰਬਾਰ ਤੇ ਪਹੁੰਚ ਸਾਰੀ ਕਹਿੰਦੇ ਮੇਰੇ ਸਰੀਰ ਦੇ ਵਿੱਚੋਂ ਇੰਨਾ ਕੁ ਕਰੰਟ ਜਿਹਾ ਨਿਕਲਿਆ ਕਹਿੰਦੇ ਕਿ ਲੂ ਕੰਡੇ ਖੜੇ ਹੋਣੇ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਕਹਿੰਦੇ ਜਾ ਕੇ ਵਿੱਕੀ ਸਾਈ ਜੀ ਦੇ ਦਰਬਾਰ ਤੇ ਸਲਾਮ ਕੀਤੀ ਸਜਦਾ ਸਲਾਮ ਕਰਕੇ ਕਹਿੰਦੇ ਜਦੋਂ ਦਰਬਾਰ ਵੱਲ ਗਏ ਮੇਂਦਰਬਾਰ ਜਿੱਧਰ ਬਾਬਾ ਮੁਰਾਦ ਸ਼ਾ ਸਰਕਾਰ ਜੀ ਸਾਈਂ ਲਾਢੀ ਸ਼ਾ ਸਰਕਾਰ ਜੀ ਦਾ ਜਗ੍ਹਾ ਬਣੀ ਹੋਈ ਆ ਉੱਧਰ ਜਾਣਾ ਸੀ ਤਾਂ ਕਹਿੰਦੇ ਜਦੋਂ ਜੋੜੇ ਜਮਾ ਕਰਾ ਕੇ ਅੱਗੇ ਹੱਥ ਧੋਕੇ ਮੇਨ ਗੇਟ ਤੋਂ ਐਂਟਰ ਕੀਤੇ ਤਾਂ ਕਹਿੰਦੇ ਕਵਾਲੀ ਚੱਲਦੀ ਪਈ ਸੀ ਮੱਧ ਦੇ ਮੱਧਮ ਉਹ ਕਵਾਲੀ ਜਦੋਂ ਕੰਨਾਂ ਦੇ ਵਿੱਚ ਪਈ ਤਾਂ ਜਿਹੜੀ ਤਿੱਖੀ ਧੁੱਪ ਲੱਗਦੀ ਪਈ ਸੀ ਉਹ ਕਹਿੰਦੇ ਮੈਨੂੰ ਚੰਗੀ ਲੱਗਣ ਲੱਗ ਪਈ ਉਹਦੇ ਵਿੱਚ ਵੀ ਕਹਿੰਦੇ ਲੂ ਕੰਡੇ ਜਿਹੜੇ ਖੜੇ ਹੋਣੇ ਸ਼ੁਰੂ ਹੋ ਗਏ ਸੀ ਕਵਾਲੀ ਜਦੋਂ ਕਹਿੰਦੇ ਮੱਧ ਦੇ ਮੱਧਮ ਕੰਨਾਂ ਦੇ ਵਿੱਚ ਪਈ ਅੱਗੇ ਗਏ ਸਾਈਂ ਸਰਕਾਰ ਬਾਬਾ ਮੁਰਾਦ ਸ਼ਾ ਸਰਕਾਰ ਜੀ ਨੂੰ ਕਹਿੰਦੇ ਪਹਿਲਾ ਸਜਦਾ ਸਲਾਮ ਕੀਤਾ ਫਿਰ ਸਾਈਂ ਸਰਕਾਰ ਦਾ ਤਲੱਢੀ ਸ਼ਾ ਸਰਕਾਰ ਜੀ ਨੂੰ ਸਜਦਾ ਸਲਾਮ ਕੀਤਾ ਤਾਂ ਕਹਿੰਦੇ ਜਦੋਂ ਸਲਾਮ ਕਰਕੇ ਪਿੱਛੇ ਜਿਹੜਾ ਚਾਹਲ ਹਾਲ ਜਿੱਥੇ ਸੰਗਤਾਂ ਚਾਹ ਪੀਂਦੀਆਂ ਨੇ ਕਹਿੰਦੇ ਉੱਥੇ ਲੇਚੀ ਦਾ ਪ੍ਰਸ਼ਾਦ ਮਿਲ ਰਿਹਾ ਸੀ ਉਹ ਲੇਚੀ ਦਾ ਪ੍ਰਸ਼ਾਦ ਕਹਿੰਦੇ ਵੀਰਵਾਰ ਨੂੰ ਮਿਲਦਾ ਉੱਥੇ ਜਾ ਕੇ ਕਹਿੰਦੇ ਸਾਨੂੰ ਵੀਰਵਾਰ ਨੂੰ ਉਹ ਲੇਚੀ ਦਾ ਪ੍ਰਸ਼ਾਦ ਮਿਲਿਆ ਜਦੋਂ ਪ੍ਰਸ਼ਾਦ ਮਿਲ ਕੇ ਅਗਲੇ ਪਾਸੇ ਜਦੋਂ ਆਪਾਂ ਨੰਗ ਜੰਨੇ ਆ ਜਿੱਥੇ ਸਾਈਂ ਸਰਕਾਰ ਦੇ ਬਰਤਨ ਰੇੜੂਆ ਜੋ ਵੀ ਉਹਨਾਂ ਦਾ ਸਮਾਨ ਹੈ ਉੱਥੇ ਪਿਆ ਹੋਇਆ ਤਾਂ ਕਹਿੰਦੇ ਇੱਧਰਲੇ ਹੱਥ ਖੱਬੇ ਪਾਸੇ ਕਹਿੰਦੇ ਅਰਗਬਤੀਆਂ ਵੰਡ ਰਹੇ ਸੀ ਕਹਿੰਦੇ ਜਦੋਂ ਮੈਂ ਅਰਗਬਤੀਆਂ ਲਈਆਂ ਕਹਿੰਦੇ ਮੈਨੂੰ ਇਦਾਂ ਲੱਗ ਗਿਆ ਕਿ ਮੈਨੂੰ ਸਾਈਂ ਜੀ ਦਾ ਆਸ਼ੀਰਵਾਦ ਮਿਲ ਗਿਆ ਸਾਈਂ ਜੀ ਨੇ ਮੈਨੂੰ ਆਪਣਾ ਆਸ਼ੀਰਵਾਦ ਦੇਤਾ ਕਹਿੰਦੇ ਮੈਂ ਉੱਥੋਂ ਸਲਾਮ ਕਰਕੇ ਆਪਣੇ ਸ਼ਹਿਰ ਵਾਪਸ ਆਇਆ ਤਾਂ ਕਹਿੰਦੇ ਉਹ ਅਰਗਬਤੀ ਕਹਿੰਦੇ ਮੈਂ ਘਰ ਦੇ ਵਿੱਚ ਲਾਉਣੀ ਸ਼ੁਰੂ ਕਰਤੀ ਕਿਉਂਕਿ ਸਾਈਂ ਜੀ ਦਾ ਆਸ਼ੀਰਵਾਦ ਉਹ ਅਰਗਬਤੀ ਦੇ ਰੂਪ ਚ ਮਿਲਿਆ ਸੀ ਹੁਣ ਅਰਗਬਤੀਆਂ ਲਾਉਣ ਨਾਲ ਤਾਂ ਵੈਸੇ ਕੁਝ ਨਹੀਂ ਹੁੰਦਾਗਾ ਪਰ ਇੱਕ ਕਹਿੰਦੇ ਸਾਈ ਜੀ ਦਾ ਆਸ਼ੀਰਵਾਦ ਨਾਲ ਮਿਲਣਾ ਬੜੀ ਵੱਡੀ ਗੱਲ ਹੈ ਉਹ ਅਰਗਬਤੀਆਂ ਕਹਿੰਦੇ ਅਸੀਂ ਘਰ ਦੇ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਇੰਨੀ ਸੁਗੰਧਿਤ ਵਾਲੀ ਅਰਗਬਤੀ ਕਿ ਘਰ ਦੇ ਵਿੱਚ ਇੱਕ ਪੋਜ਼ਿਟਿਵਿਟੀ ਦਾ ਮਾਹੌਲ ਬਣ ਗਿਆ ਕਹਿੰਦਾ ਮਤਲਬ ਉਹ ਇਹ ਕਹਿਣ ਲੱਗੇ ਕਿ ਸਾਡਾ ਘਰ ਇੱਕ ਖੁਸ਼ਬੂ ਮਹਿਕਾਉਣ ਵਾਲੀ ਜਿਹੜੀ ਖੁਸ਼ਬੂ ਹੁੰਦੀ ਹੈ ਉਹ ਸਾਡੇ ਘਰ ਦੇ ਵਿੱਚ ਆਉਣ ਲੱਗੀ ਇਹ ਕਹਿੰਦੇ ਮਾਨਸੀ ਜਿਹੜਾ 부ਝਿਆ ਹੋਇਆ ਸੀ ਉਹ ਪ੍ਰਸੰਨ ਹੋਣਾ ਸ਼ੁਰੂ ਹੋ ਗਿਆ ਭਾਵਕੇ ਜਿਹੜਾ ਸਾਡੇ ਘਰ ਦੇ ਵਿੱਚ ਤੰਗੀਆਂ ਸੀ ਉਹ ਹੌਲੀ-ਹੌਲੀ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਸਾਡੀ ਇੱਕ ਦੂਜੇ ਦੇ ਨਾਲ ਬਣਨੀ ਸ਼ੁਰੂ ਹੋ ਗਈ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਸਾਰਾ ਕੁਝ ਸਹੀ ਹੋ ਗਿਆ ਉਹ ਵੀਰ ਕਹਿੰਦਾ ਦਰਬਾਰ ਤੋਂ ਵਾਪਸ ਆ ਕੇ ਇਦਾਂ ਲੱਗਦਾ ਪਿਆ ਸੀ ਕਿ ਮਨ ਦੇ ਵਿੱਚ ਇੰਨੀ ਸ਼ਾਂਤੀ ਹੈ ਮਨ ਇੰਨਾ ਸ਼ਾਂਤ ਹੋਇਆ ਪਿਆ ਕਿ ਜੋ ਵੀ ਕੰਮ ਕਰਦਾ ਸੀ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਸੀ ਪਹਿਲਾਂ ਕੰਮ ਅੜ ਜਾਂਦੇ ਸੀ ਹੁਣ ਨਹੀਂ ਅੜਦੇ ਸੀ ਸਾਈ ਜੀ ਨੇ ਮੈਨੂੰ ਕਹਿੰਦੇ ਆਸ਼ੀਰਵਾਦ ਦਿੱਤਾ ਤੇ ਕਹਿੰਦੇ ਮੈਨੂੰ ਇਦਾਂ ਲੱਗਿਆ ਕਿ ਮੇਰੀ ਜ਼ਿੰਦਗੀ ਸਵਰਗ ਬਣ ਚੁੱਕੀ ਹੈ ਏ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਬਾਬਾ ਮੁਰਾਦ ਸ਼ਾ ਸਰਕਾਰ ਜ਼ਰੂਰ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਜੇਕਰ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਤੇ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ